اچھا ایتھے مٹی بائی تک گزارا ہو رہا اگا روڈ بنی اتر کھڈا اتنا بڑا ظالم قسم کا کھڑا جس نے لگے موٹر بائی گڈی لگی نہیں تو محسوس کیتی نہیں ٹھیک ہے اگ روڈ بننی لگی لگ میں دساں نہیں میں مڑا یا میں کھڈے ویسے شو کرانا میں کوڑی بھائی گل بالکل ایک گرا ابھی جانے تقریباً میرے چکر لگنے یہ تکو تکے روڈہ ہی لات تکو ہے یہ جڑے گیا کھڑے ہیں سامنے میں تسی کلو دسی اور نقصو ہے میں مارنا یہ تکو یہ کھڑے ہیں یہ بجری ہے تو موٹر بائی کتنا سلپ کرنا نا گڑیاں سلپ کرنی اگر یہ درو گڑی کے شنی ہیں نا انجان بندہ ہے ٹھیک ہے انجان بندہ ہے اے تھو پٹی ہے نا مٹی بھائی اوڑی نے اے تا بدل پیسی روڑی جیسی کچھا کام ہے ਇਦੋਂ ਗੱਡੀ ਛਣੀਆਂ ਮੋੜ ਜਿਆ ਇੱਥੇ ਬਿਹਤਰੀਨ ਜਿਆ ਇੱਥੇ ਅੱਗੇ ਤੱਕ ਜਿਹੜਾ ਮੋੜ ਵੈ ਤਾਂ ਕਿ ਮੋਟਰਬਾਈਕ ਗੱਡੀ ਆਲਾ ਆਪਣੇ ਕੋਈ ਟੱਚ ਨਾ ਵੈ ਠੀਕ ਹੈ ਇਥੇ ਕਈ ਵਾਰੀ بڑے ਔਖੇ ਔਖੇ ਬੰਦੇ ਬਚਣੇ ਠੀਕ ਹੈ ਕਿਉਂਕਿ ਇੱਕ ਸਲਿੱਪ ਹੈ ਦੂਏ ਨੰਬਰਾਂ ਪਰ ਗੱਡੀ ਆ ਵੈ ਫਿਰ ਮੋਟਰਬਾਈਕ ਕੋ ਵਨ ਠੀਕ ਹੈ ਮਕਸਦ ਕੋ ਨਹੀਂ ਹੋਣਾ ਇਥੋਂ ਬਣੀ ਤਾਂ ਜਾਣੀ ਨਾ ਰੋਡ ਅੱਗਾ ਤੇ ਫਿਰ ਤਾਂ ਅਸਾਂ ਵੀ ਬੱਲੇ ਬੱਲੇ ਕਰਾ ਨਾ ਕਿ ਵਾਕਈ ਕੋ ਗਲ ਬਣਦੀ ਹੈ ਤਾਂ ਜੇ ਸੜਕਾ ਨਹੀਂ ਮੈਂ ਵੀਡੀਓ ਦੱਸਣ ਲਗਾ ਨਵੀਂ ਬਣਤੀ ਐ ਇਹ ਰੋਡ ਉਸਨੇ ਤੇ ਪਿੱਛੋਂ ਗੁਜ਼ਰੀ ਤਾਂ ਜਾਣੀ ਐ ਹੁਣ ਸਾਬ ਲੁੱਟ ਹੋਏ ਤੱਕੋ ਜੰਪ ਖੱਡੇ ਤੱਕੋ ਥੇ ਵਿੱਚ ਕੋਈ ਗੱਡੀ ਲੱਗਾ ਨਾ ਨਵੀਂ ਕੋਈ ਮੋਟਰਸਾਈਕਲ ਨਾ ਗਾ ਨਵਾ ਸਭ ਤੋਂ ਪਹਿਲਾਂ ਮੋਟਰਸਾਈਕਲ ਲੱਗਾ ਉਸਨੇ ਤਾਂ ਸ਼ਖ ਗੇ ਨਾ ਫਰਕ ਹੋਈ ਐ ਤੱਕੋ ਗੁਰਦੇ ਹੁਣ ਮੈਂ ਇੱਥੇ ਡਰਾਈਵ ਕਰਦਾ ਆ ਨਾ ਪਿੱਛੋਂ ਯਕੀਨ ਕਰੋ ਕਿ ਦਰਦ ਲਿਕਣਾ ਲੱਗੇ ਆ ਇਤਨੇ ਬੜੇ ਨਾ ਖੱਡੇ ਨੇ ਪਾਣੀ ਪੈਣਾ ਹੈ ਅਦਰ ਚੈੱਕ ਕਰੋ ਖੱਡੇ ਤੱਕੇ ਨੇ یہ لات اگ روڈ بنی گئی ہے جیت مطلب اتنی خاص روڈ تا نہیں سی اتھا ضرورت سی اے, رو اے بغور روڈ جانی ہے اتھا ضرورت زیادہ سی بقایا کم تا اتھا تو چیک کرسانے کے کم کیسا روڈ اتنے کیسی بنائی رہن کیسا مال بائی رہن کیا کم ہے کیا سسٹم ہے تو اتنے جلی چیک کر سنا بقایا میں آیا دوستیں کھڑے بھی دسی نا کہ اتھو سا گزری تا جانے اگیں اے روڈ ہے جتنا گزری تے آگے ٹھیک ہے ਅਗਰ ਇਸ ਨਾਲ ਕੰਮ ਪਹਿਲਾਂ ਹੋ ਜਾਣਾ ਤਾਂ ਜ਼ਿਆਦਾ ਬਿਹਤਰ ਸੀ ਠੀਕ ਹੈ ਕਿਉਂਕਿ ਇੱਥੋਂ ਹੀ ਗੁਜ਼ਰੀ ਤਾਂ ਅੱਗੇ ਜਾਣਾ ਪੈਣਾ ਤਾਂ ਜੇ ਪਿੱਛਾ ਮੈਂ ਖੱਡੇ ਠੀਕ ਹੈ ਤਾਂ ਅੱਗੇ ਗਰਾਂ ਲੈ ਰੋਡਾਂ ਮੰਗਣ ਤਾਂ ਫਿਰ ਮਕਸਦ ਕੋਣੀ ਪਿੱਛੋਂ ਅਸੀਂ ਕੰਮ ਠੀਕ ਹੈ ਪਿੱਛਾ ਚੋੜ ਤਾਂ ਅੱਗੇ ਦੌੜ ਕੁਸਾ ਖਾਣ ਕੀਤਾ ਸੀ ਪਿੱਛਾ ਹੋਣੀਆਂ ਲੱਗੀ ਵੀ ਚੋੜ ਅੱਗੇ ਦੌੜ ਬਸ ਠੀਕ ਹੈ ਇਹ ਨਿਜ਼ਾਮ ਕਰੀ ਜੋ ਠੀਕ ਹੈ ਖੱਡੇ ਤੱਕੋ ਇਹ ਇਥੋਂ ਮੋਟਰ ਬਾਈਕ ਗੁਜ਼ਰਨਾ ਸਿਰਫ ਉਹ ਵੀ ਔਖਾ ਜੀ ਆਈ ਇਹ ਤੇ ਕੋ ਗੱਡੀ ਲਾਸੀ ਮੋਟਰਬਾਈਕ ਲਾਸੀ ਦੋ ਸੰਤ ਕਾ ਕਰਸਨ ਖੱਡੀਆਂ ਵਿੱਚ ਦੋ ਸਵਾਰੀਆਂ ਮੈਂ ਇਹ ਤੇ ਕੋ ਖੱਡਾ ਇਹ ਬੜਾ ਖੱਡਾ ਇਹ ਖੱਡਾ ਨਾਰਮਲ ਨਹੀਂ ਹੈ ਬੜੇ ਤਗੜੇ ਖੱਡੇ ਨੇ ਠੀਕ ਹੈ ਹੱਦ ਤੱਕ ਕੋ ਇੱਕ ਨਾ ਬੜਾ ਖੱਡਾ ਇਹ ਤੇ ਕੋ ਓਏ ਹੋਏ 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 ਜੇ ਪਿੱਛਾ ਮੈਂ ਛੋੜੀ ਵੀ ਆਇਆ ਹੁਣ ਸਾਬ ਲਾਈ ਕਰਨਾ ਦਸਾਂ ਵੀ ਇਹ ਖੱਡੇ ਨੇ ਅੱਗਾ ਕਾ ਕਾ ਬਣਾਈ ਦਾ ਕਰਸਨਗਾ ਰੋਡ ਕਿਹੜੀ ਤਰੱਕੀ ਹੋ ਗਈ ਹੈ ਬਕਾਇਆ ਦੋਸਤੋ ਪਿੱਛੂ ਦਾ ਮੈਂ ਜਿਹੜੀ ਜਿੱਥਾ ਖੱਡੇ ਵਗਾਰੇ ਨੇ ਤਾਂ ਮੈਂ ਤੁਸੀਂ ਦੱਸੀ ਰਹਾਂ ਕਾ ਜਿਹੜੀ ਨਵੀਂ ਬਣਾਈ ਨੇ ਉਹ ਜੁਲੀ ਤੱਕ ਸਾਂ ਲੁਕ ਵਗੈਰਾ ਬਾਈ ਨੇ ਤਾਂ ਕਾ ਕ ਬਾਇਆ ਨੇ ਹੋਰ ਜੁਲੇ ਹਣ ਉਥੇ ਜੁਲੀ ਤੱਕ ਨੇ ਕਿ ਕਾ ਕੋਈ ਸਿਸਟਮ ਹੈ ਤੁਸੀਂ ਦੱਸਣੇ ਆ ਐ ਤੱਕੋ ਦੋਸਤੋ ਸਭ ਤੋਂ ਪਹਿਲਾਂ ਤਾਂ ਇਹ ਹੱਥ ਤੱਕ ਕਿੰਨਾ ਰੋਡ ਬਣਾਈ ਗਿਆ ਐ ਤੱਕ ਕਿੰਨਾ ਤਾਂ ਤੱਕ ਰੋਡ ਬਣਤੀ ਹੈ ਅਗੂ ਤਕਰੀਬਨ ਐ ਹੀ ਠੀਕ ਐ ਇਹ ਕਿਤਾ ਪੱਧਰੀ ਆ ਕਿ ਇੱਕ ਗਾਣਾ ਅੱਗੇ ਪੱਕੀ ਆ ਰੋਡ ਠੀਕ ਹੈ ਉਹ ਤਾਂ ਕਿਸਕਣੇ ਹੋਂ ਸਮ ਇਹ ਐਂਦ ਤੱਕ ਬਣਾਈ ਨੇ ਰੋਡ ਠੀਕ ਹੈ ਇੱਥੇ ਤੱਕ ਰੋਡ ਬਣਤੀ ਹੈ ਅਦਾ ਕੀ ਹੈ ਇਹ ਬਿਹਤਰੀਨ ਕਿਸਮ ਦੀ ਰੋਡ ਠੀਕ ਹੈ ਅਜ਼ਰ ਮਾਰੋ ਖੰਸੜਕਾ ਕੀ ਉਹਨਾਂ ਚੋਂ ਕੀ ਚੱਕਰ ਵਾਈਓੜਾਂ ਥਾਣਾ ਲਈ ਚੱਕਰ ਵਾਣਾ ਪੈਸੀ ਇਹਨਾਂ ਬਿਆ ਰੇਤਾ ਠੀਕ ਹੈ ਇਹ ਲੁੱਕ ਹੈ ਸਨੇਪਰ ਨਾਲ ਰਤ ਬਈ ਹੈ ਰਤ ਬਣਾਣਾ ਮਕਸਦ ਹੈ ਕਿ ਜਿਹੜੇ ਗੱਡੀਆਂ ਮੋਟਰਸਾਈਕਲ ਨਕਸਨ ਨਾ ਠੀਕ ਹੈ ਹੁਣ ਅਗਰ ਮੈਂ ਇਥੇ ਹਫਤੇ ਬਾਅਦ ਛਣਿਆ ਨਾ ਤੇ ਤੁਸੀਂ ਇਥੇ ਰਤ ਨਹੀਂ ਸੀ ਨਜ਼ਰ ਆਛਣੀ ਕਿਉਂਕਿ ਤਾਜ਼ੀ ਬਣਤੀ ਵੀ ਹੈ ਤਾਂ ਤਾਜ਼ੀ ਪਰ ਨਾ ਰਹਿਤਾ ਬਈ ਤਾਂ ਕਿ ਐਜੜੀ ਰੋਡ ਹੈ ਸਨੇਪਰ ਕੋਈ ਵੀ ਗੱਡੀ ਮੋਟਰਸਾਈਕਲ ਚਲਾਓ ਜਲਾਏ ਤਾਂ ਕਿ ਨੇ ਗੱਡੀਆਂ ਮੋਟਰਸਾਈਕਲਾਂ ਟਾਇਰ ਲੱਗੇ ਵੇ ਇਹ ਨਕਸਨ ਤੂੜ ਤੜ ਪੈ ਸੀ ਜਿੱਥਾ ਕੋ ਦਾ ਖੜ ਖੁੱਡੇ ਖੱਡੇ ਹੋਏ ਠੀਕ ਹੈ ਕੱਚੀ ਲੁੱਕ ਪਈ ਵੀ ਹੈ ਨਾ ਤਾਂ ਉਹ ਬਿਹਤਰੀਨ ਹੋ ਜਾਸੀ ਕੰਮ ਤਾਂ ਬਕਾਇਆ ਜਿੱਥੇ ਜੀਆਂ ਇਹਨਾਂ ਬਣਾਈਆ ਉੱਥੇ ਵੀ ਜੁਲੀ ਤਾਂ ਤਕਣੇ ਆ ਕਹਿ ਕੁਝ ਆਉਣਾ ਉਹ ਵੀ ਤੁਹਿੰਨ ਦੱਸਣਿਆ ਸਾਰਾ ਕੁਝ ਇਸ ਵੀਡੀਓ ਵਿੱਚ ਕੁਥ ਜੀਆਂ ਇਹਨਾਂ ਬਣਾਈਆ ਤਾਂ ਕੈਸੀ ਰੋਡ ਬਣਤੀ ਹੈ ਤੇ ਜੋੜ ਇਸ ਨਾਲ ਜਈ ਤਾਂ ਕੁਥ ਬਿਆਨੇ ਵੀ ਤੁਹਿੰਨ ਦੱਸਣਿਆ ਆਈਓ آنے دوستو اتنا سڑکیں جوڑ بنایا ٹھیک ہے تو بکایا کم تو تقریبا بہترین نہیں ہوئی گیا جی باقی گلا ساریاں جڑے گرا ندیں اتنا سہولت ہو گئی ہے تقریباً ٹھیک ہے روڈ بنی گئی ہے لک روڈ بنی گئی ہے تقریباً اچھنے والے بھی پچی سال تری سال سوکھے کٹ سن ٹھیک ہے تو بکایا دوستو اگر کوئی مسئلہ ہونا روڈ ਅਗਰ ਕੋਈ ਆਂਦੀ ਤੂਫਾਨ ਨਸ਼ਣਾ ਠੀਕ ਹੈ ਉਸਨੀ ਵਜ੍ਹਾ ਨਾਲ ਅਗਰ ਕੋਈ ਆਂਦੀ ਤੂਫਾਨ ਨਸ਼ਣਾ ਉਸਨੀ ਵਜ੍ਹਾ ਨਾਲ ਰੋਡਾਂ ਕੀ ਨੁਕਸਾਨ ਹੋਣਾ ਇਸਨੇ ਵਿੱਚ ਜਿੰਨਾ ਨੇ ਰੋਡ ਬਣਾਈ ਉਹਨਾਂ ਨੇ ਗਲਤੀ ਨਹੀਂ ਠੀਕ ਹੈ شدید بارشਾਂ ਉਸਨੇ ਪਤਾ ਹੋਣੀਆਂ ਰਹਿਣੀਆਂ ਤੇ ਜੇ ਬਾਰਿਸ਼ ਤੇ ਵੀ 53 ਸਾਲ ਇੱਕ ਇਨਸ਼ਾਅੱਲਾ ਰੋਡ ਕੁਦਰਾਂ ਨਹੀਂ ਜੁਲੀ ਨਾਲ ਇਸਨੇ ਅਧੂਈ ਰੋਡਾ ਤਾਂ ਚਲੋ ਬਣ ਗਈਆ ਛੋੜੋ ਇੱਥੇ ਮੈਂ ਆਪੇ ਵੀ ਡਰਾਈਵ ਕਰਨਾ ਕਿਉਂਕਿ ਇੱਥੇ ਸਨਾਂ ਗ੍ਰਾਮ ਵਿੱਚ ਕਬਸਤਾਨ ਵਗੈਰਾ ਅੰਦਰ ਜਾਣਾ ਪੈਣਾ ਮੈਂ ਠੀਕ ਹੈ ਜਾਣ ਲੈ ਬੰਦੇ ਠੀਕ ਹੈ ਸੋਮਾਤਮਦਾਰੀ ਸ਼ਾਦੀ ਬਿਆ ਐ ਜ਼ਕੀ ਕੋ ਇਥੇ ਗੱਡੀ ਔਖੀ ਚਲਨੀ ਹੈ ਹੁਣ ਵਿੜਗਾ ਵੀ ਪਤਾ ਨਹੀਂ ਕਿਸ ਟਾਈਪ ਨਾਲ ਨਜ਼ਰ ਆਣਾ ਸੀ ਅਦਕਨੇ ਜੰਪ ਜੰਪ ਖਾਲੀ ਜੰਪਾਂ ਕੀ ਛੋੜਾ ਪੱਥਰ ਤੱਕ ਕੋਈ ਥਾ ਪਰ ਬ੍ਰੇਕ ਮਾਰੋ ਤਾਂ ਗੱਡੀ ਮੋਟਰਸਾਈਕਲ ਸਲਿੱਪ ਠੀਕ ਹੈ ਅਗਰ ਉਧਰ ਖਦਾ ਨਾਲ ਖਸ ਤਾ ਕੋਈ ਚੀਜ਼ ਛਣੀ ਹੈ ادھروں بھی جانی ہے بڑی اکھی کنٹرول ہونی ہے کیونکہ میں آپ ڈرائیو کرنا رہنا نا جب بندہ گڑی موٹ سائکل چلانا اس کی دا پتا ان کے کہ تھکہ لات ہے اسی سڑکیں کون سی منظوری ہوئی بھی, بھی ہونی بات ہے بھی کوئی تھوڑی بہتی پکی ہوئی جائے تھوڑی سے روڈ تقریباً تھوڑی تھوڑی پٹی بھی ہے ٹھیک ہے